ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬਹੁਤ ਕੰਮ ਦੀਆਂ ਗੱਲਾਂ ਸਮਝਾ ਰਹੇ ਨੇ, ਜ਼ਰੂਰ ਧਿਆਨ ਦੇਣਾ ASI ਜੰਗੀਰ ਸਿੰਘ ਵੱਲ। ਐ ਸਮਝੋ ਵੀ ਆਪਣੇ ਕੋਲ ਮੋਟਰਸਾਈਕਲ ਹੈਗੇ ਆ, ਆਪਾਂ ਕਮਰੇ ਪਾ ਲਿਆ, ਕੋਠਾ ਪਾ ਲਿਆ, ਇਹਦੇ ਕੋਲ ਬੁਲਟ ਉਹਨੇ ਸਮਝੋ ਚਵਾਰਾ ਪਾ ਲਿਆ। ਹੁਣ ਚਵਾਰੇ ਤੇ ਚੜ ਕੇ ਜੇ ਥੱਲੇ ਵਾਲਿਆਂ ਨੂੰ ਵੱਟੇ ਮਾਰੇ ਉਹਦੇ ਵਾਸਤੇ ਮਾੜੀ ਗੱਲ। ਵੇਖੋ ਮੋਟਰਸਾਈਕਲ ਉੱਥੇ ਜਾ ਰਿਹਾ, ਉਹ ਡੁੱਗ ਡੁੱਗ ਡੁੱਗ। ਵੇਖੋ ਮੈਂ ਮੋਟਰਸਾਈਕਲ ਦਾ ਸਲੈਸਰ ਬਦਲਿਆ ਜਾਂ ਪਟਾਕੇ ਵਾਲਾ, ਮੈਂ ਪਿੰਡ ਵਿੱਚ ਜਾ ਰਿਹਾ, ਕਿਹਨੂੰ ਵਿਖਾ ਰਿਹਾ? ਜੇ ਬੇਟੀ ਹੈ, ਸਾਡੀ ਬੇਟੀ ਹੈ, ਸਾਡੀ ਭੈਣ ਹੈ, ਜੇ ਬਜ਼ੁਰਗ ਨੂੰ ਕਿਸੇ ਨੂੰ ਦੇਖਦਾ ਠੁੱਲ ਕਰਕੇ ਤਾਂ ਸਾਡਾ ਹੀ ਬਜ਼ੁਰਗ ਹੈ, ਕੌਣ ਟਿਕਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਇਸ ਦਾ ਬਾਖੂਬੀ ਜਾਣਦੇ ਹਾਂ ਕਿ ਬਹੁਤ ਸਾਰੇ ਅਜਿਹੇ ਅਣਸੁਖਾਵੇ ਹਾਦਸੇ ਵਾਪਰ ਜਾਂਦੇ ਨੇ ਜਿਨ੍ਹਾਂ ਦਾ ਖਾਮਿਆਜ਼ਾ ਪਰਿਵਾਰ ਤਾਂ ਉਮਰ ਭੁਗਤਦੇ ਰਹਿੰਦੇ ਨੇ, ਤੇ ਉਹ ਗਲਤੀਆਂ ਕਿਤੇ ਨਾ ਕਿਤੇ ਸਾਡੀਆਂ ਆਪਣੀਆਂ ਅਣਗਹਿਲੀਆਂ ਕਰਕੇ, ਆਪਣੀਆਂ ਅਣਦੇਖੀਆਂ ਕਰਕੇ ਹੁੰਦੀਆਂ ਨੇ, ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਲਾਡ ਪਿਆਰ ਦੇ ਨਾਲ, ਦਾਵਾਂ ਦੇ ਨਾਲ ਪਾਲਦੇ ਨੇ, ਤੇ ਸਮੇਂ-ਸਮੇਂ ਸਿਰ ਉਹਨਾਂ ਵੱਲੋਂ ਰੱਖੀਆਂ ਗਈਆਂ ਡਿਮਾਂਡਾਂ ਵੀ ਉਹਨਾਂ ਦੀਆਂ ਪੂਰੀਆਂ ਕਰਦੇ ਰਹਿੰਦੇ ਨੇ, ਤੇ ਉਹਨਾਂ ਵਿੱਚੋਂ ਹੀ ਇੱਕ ਸਭ ਤੋਂ ਵੱਡੀ ਡਿਮਾਂਡ ਆਉਂਦੀ ਹੈ 2-wheeler ਜਾਂ 4-wheeler ਦੀ। ਬੱਚੇ ਅਜੇ 18 ਸਾਲ ਤੋਂ ਉੱਤੇ ਹੁੰਦੇ ਨਹੀਂ ਕਿ ਉਹਨਾਂ ਦੀ ਡਿਮਾਂਡ ਪੇਰੈਂਟਸ ਨੂੰ ਇਹੀ ਹੁੰਦੀ ਹੈ ਕਿ ਸਾਨੂੰ 2-wheeler ਲੈ ਕੇ ਦਿਓ ਜਾਂ 4-wheeler ਚਾਹੀਦਾ ਹੈ, ਤੇ ਅੰਡਰ ਏਜ ਬੱਚਿਆਂ ਨੂੰ ਜੋ ਮਾਪੇ 2-wheeler ਜਾਂ 4-wheeler ਲੈ ਕੇ ਦਿੰਦੇ ਨੇ ਉਹਨਾਂ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ, ਕਿਤੇ ਨਾ ਕਿਤੇ ਉਹ ਆਪ ਆਪਣੇ ਬੱਚਿਆਂ ਦੇ ਹੱਥ ਮੌਤ ਖਰੀਦ ਕੇ ਫੜਾ ਰਹੇ ਨੇ, ਕਿਉਂਕਿ ਤੁਹਾਨੂੰ ਕੁਛ ਨਹੀਂ ਪਤਾ ਕਿ ਇਸ ਵੇਲੇ ਤੁਹਾਡੇ ਬੱਚੇ ਕਿਸੇ ਦੀ ਜਾਨ ਦਾ ਜੋਖਿਮ ਬਣ ਜਾਣ ਜਾਂ ਆਪਣੀ ਜਾਨ ਜੋਖਿਮ 'ਚ ਪਾ ਲੈਣ। ਕੁਛ ਅਜਿਹੀਆਂ ਹੀ ਹਿਦਾਇਤਾਂ ਦਿੰਦੇ ਹੋਏ, ਕੁਝ ਔੜੇ ਸੱਚ ਬਿਆਨ ਕਰਦੇ ਹੋਏ ਤੁਹਾਨੂੰ ਸਮਝਾ ਰਹੇ ਨੇ ASI ਜੰਗੀਰ ਸਿੰਘ। ਵੀ ਸੜਕੀ ਨਿਯਮਾਂ ਦੀ ਪਾਲਣਾ ਕਰਨਾ ਇੱਕ ਜ਼ਿੰਦਗੀ ਜਿਉਣ ਦਾ ਰਸਤਾ ਹੈ। ਇਹ ਕਾਨੂੰਨ ਹੋਰ ਬਣ ਗਿਆ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਹੀਕਲ ਚਲਾ ਰਿਹਾ ਤਾਂ ਉਹਦੇ ਮਾਂ ਪਿਓ ਨੂੰ ਜਿਹਦੇ ਨਾਲ ਤਿਆਰ ਸੀ ਉਸ ਨੂੰ ਸਜ਼ਾ 3 ਸਾਲ ਦੀ ਕੈਦ, 25,000 ਰੁਪਏ ਜੁਰਮਾਨਾ ਹੈ, ਭਾਵੇਂ ਬੱਚੇ ਦੀ ਡੈਥ ਵੀ ਕਿਉਂ ਨਾ ਹੋਵੇ, ਮੌਤ ਵੀ ਕਿਉਂ ਨਾ ਹੋਵੇ। ਪਵਨ ਕੁਮਾਰ ਨੇਗੀ ਜਿਹੜੇ ਕੇਸ ਸ਼ੁਰੂ, ਪਵਨ ਕੁਮਾਰ ਨੇਗੀ ਬੈਂਕ ਮੈਨੇਜਰ ਥਾਣਾ ਵਰਸੋਆ ਬੰਬੇ ਦੇ ਵਿੱਚ, ਉਸਦਾ ਬੇਟਾ ਕਾਰ ਚਲਾ ਰਿਹਾ ਸੀ, 17 ਸਾਲ ਦਾ ਸੀਗਾ, ਐਕਸੀਡੈਂਟ ਹੋ ਗਿਆ ਸੀ, ਗੱਲ ਟਰੱਕ ਨਾਲ ਵੱਜੀ, ਕਾਰ ਵੀ ਟੁੱਟ ਗਈ ਔਰ ਮੁੰਡੇ ਦੀ ਡੈਥ ਵੀ ਹੋ ਗਈ, ਔਰ ਉਸਦੇ ਡੈਡੀ ਬੈਂਕ ਮੈਨੇਜਰ ਨੂੰ 3 ਸਾਲ ਦੀ ਨਹੀਂ 3.5 ਸਾਲ ਦੀ ਸਜ਼ਾ ਹੋਈ ਹੈ। 3.5 ਸਾਲ ਦੀ ਜੱਜ ਸਾਹਿਬ ਕਹਿੰਦੇ ਵੀ ਵੇਖੋ ਵੀ ਤੁਸੀਂ ਜੇ ਸਰਕਾਰੀ ਮੁਲਾਜ਼ਮ ਤੁਹਾਨੂੰ ਮੈਂ 3 ਸਾਲ ਦੀ ਸਜ਼ਾ ਕਰ ਦਿਆਂ ਤਾਂ ਤੁਹਾਡੀ ਜ਼ਮਾਨਤ ਨਹੀਂ ਹੋਣੀ, ਸਰਕਾਰੀ ਮੁਲਾਜ਼ਮ ਨੂੰ ਜੇ 3 ਸਾਲ ਦੀ ਸਜ਼ਾ ਹੋਏ ਨਾ ਜ਼ਮਾਨਤ ਨਹੀਂ ਹੁੰਦੀ, ਚਾਹੇ 3 ਸਾਲ ਤੋਂ 1 ਦਿਨ ਵੀ ਘੱਟ ਹੋਵੇ ਉਹਦੀ ਜ਼ਮਾਨਤ ਹੋ ਜਾਂਦੀ। ਸੋ ਇਸ ਕਰਕੇ ਇਹ ਤੋਂ ਬਾਅਦ ਸਖਚੈਨ ਪਿੰਡ ਹੈ ਬੋਰ ਤੋਂ ਪਰੇ, ਆਪਣੇ ਚਮਕੂ ਦੇਵੀ ਸੀਨੀਅਰ ਸੈਕੰਡਰੀ ਸਕੂਲ ਹੈ, ਉੱਥੇ ਇੱਕ ਬੇਟੀ ਪੜ੍ਹਦੀ ਸੀ ਪਲੱਸ 2 ਦੇ ਵਿੱਚ, ਉਹਦੀ ਉਮਰ ਸੀ 17 ਸਾਲ, ਉਸਨੇ ਡੈਡੀ ਨੇ ਐਕਟਿਵਾ ਲੈ ਕੇ ਦਿੱਤੀ ਸੀ, ਐਕਟਿਵਾ ਕੈਂਟਰ ਨਾਲ ਟਕਰਾ ਗਈ, ਬੇਟੀ ਦੀ ਡੈਥ ਹੋ ਗਈ, ਐਕਟਿਵਾ ਟੁੱਟ ਗਈ, ਉਸਦੇ ਡੈਡੀ ਨੂੰ ਬੇਟੀ ਦੇ ਡੈਡੀ ਨੂੰ 5 ਸਾਲ ਦੀ ਸਜ਼ਾ ਹੋ ਗਈ। ਸੋ ਇਸ ਕਰਕੇ ਛੋਟੇ ਬੱਚਿਆਂ ਨੂੰ ਵਹੀਕਲ ਚਲਾਉਣ ਨੂੰ ਨਾ, ਅਸੀਂ ਹੁਣ ਕੱਲ੍ਹ ਵੀ ਕੁਛ ਰੁਕੇ ਆ ਮੋਟਰਸਾਈਕਲ ਵਾਲੇ, ਜਿਵੇਂ ਕਿ ਬੁਲਟਾਂ ਵਾਲੇ ਵੇਖਦੇ ਹਾਂ, ਸਾਰਿਆਂ ਨੇ ਸਲੈਸਰ ਬਦਲੇ, ਵੀ ਗਲਤ ਗੱਲ ਆ। ਵੇਖੋ ਸੜਕ ਦਾ ਨਿਯਮ ਕੀ ਹੈ, ਆਪਣਾ ਨਿਯਮ ਕੀ, ਜ਼ਿੰਦਗੀ ਦਾ ਜੀਓ ਅਤੇ ਜੀਣ ਦੇ। ਐਂ ਸਮਝੋ ਵੀ ਆਪਣੇ ਕੋਲ ਮੋਟਰਸਾਈਕਲ ਹੈਗੇ ਆ, ਆਪਾਂ ਕਮਰੇ ਪਾ ਲਿਆ, ਕੋਠਾ ਪਾ ਲਿਆ, ਜਿਹਦੇ ਕੋਲ ਬੁਲਟ ਉਹਨੇ ਸਮਝ ਲਓ ਚਵਾਰਾ ਪਾ ਲਿਆ। ਹੁਣ ਚਵਾਰੇ ਤੇ ਚੜ ਕੇ ਜੇ ਥੱਲੇ ਵਾਲਿਆਂ ਨੂੰ ਵੱਟੇ ਮਾਰੇ ਉਹਦੇ ਵਾਸਤੇ ਮਾੜੀ ਗੱਲ, ਮਾੜੀ। ਵੇਖੋ ਮੋਟਰਸਾਈਕਲ ਉੱਥੇ ਜਾ ਰਿਹਾ, ਉਹ ਡੁੱਗ ਡੁੱਗ ਡੁੱਗ। ਵੇਖੋ ਮੈਂ ਮੋਟਰਸਾਈਕਲ ਦਾ ਸਲੈਸਰ ਬਦਲਿਆ ਜਾਂ ਪਟਾਕੇ ਵਾਲਾ, ਮੈਂ ਪਿੰਡ ਵਿੱਚ ਜਾ ਰਿਹਾ, ਕਿਹਨੂੰ ਵਿਖਾ ਰਿਹਾ? ਜੇ ਬੇਟੀ ਹੈ, ਸਾਡੀ ਬੇਟੀ ਹੈ, ਸਾਡੀ ਭੈਣ ਹੈ, ਜੇ ਬਜ਼ੁਰਗ ਨੂੰ ਕਿਸੇ ਨੂੰ ਦੇਖਦਾ ਠੁੱਲ ਕਰਕੇ ਤਾਂ ਸਾਡਾ ਹੀ ਬਜ਼ੁਰਗ ਹੈ, ਕੌਣ ਟਿਕਦਾ? ਥੋੜ੍ਹੀ ਸੋਚ ਚੰਗੀ ਰੱਖੀਏ ਸਾਰੇ ਆਪਾਂ ਜਿੰਨੇ ਵੀ ਹੈਗੇ ਆ ਨਾ, ਇਹ ਕੋਈ ਔਖਾ ਕੰਮ ਨਹੀਂ ਹੈ, ਐਕਸੀਡੈਂਟ ਘਟਾਏ ਜਾ ਸਕਦੇ, ਐਕਸੀਡੈਂਟ ਘਟਾਏ ਜਾ ਸਕਦੇ। ਫਿਰ ਉਸ ਤੋਂ ਅੱਗੇ ਜਿਹੜੀ ਸਭ ਤੋਂ ਵੱਡੀ ਬਿਮਾਰੀ ਹੈਗੀ ਆ, ਆ ਫੋਨ ਵਹੀਕਲ ਚਲੋ ਫੋਨ ਸੁਣਦੇ ਹਾਂ, ਚਲੋ ਫੋਨ ਆ ਗਿਆ ਵਹੀਕਲ ਸਾਈਡ 'ਤੇ ਲਾ ਕੇ ਫੋਨ ਕਰੋ, ਠੀਕ ਆ। ਕੁਛ ਲੋਕ ਵੇਖੋ ਜਿਹੜਾ ਫੋਨ ਸੁਣ ਰਿਹਾ ਉਸ ਨੂੰ ਬਿਨਾਂ ਵਾਰੰਟ ਧਾਰਾ 202 ਗ੍ਰਿਫਤਾਰ ਕੀਤਾ ਜਾ ਸਕਦਾ,
ਪੁਲਿਸ ਅਫਸਰ ਚਾਹੇ ਉਹਨੂੰ ਅਰੈਸਟ ਕਰਕੇ ਜ਼ਮਾਨਤ ਲੈ ਕੇ ਛੱਡਾਂਗੇ ਜੇ ਕੋਈ ਨਸ਼ੇ ਦੀ ਹਾਲਤ 'ਚ ਉਸ ਨੂੰ, ਠੀਕ ਆ। ਇੱਕ ਥੋੜ੍ਹਾ ਜਿਹਾ ਹੋਰ ਹੈ ਵੀ ਆ, ਮੈਂ ਤਾਂ ਕਈ ਵਾਰ ਕਿਸੇ ਨੂੰ ਕਹਿੰਦਾ ਹੁਣ ਯਾਰ ਤੂੰ ਇੰਨਾ ਡੈਕੁੱਟੀ ਕਿਉਂ ਚਲਾਇਆ ਭੂਆ ਦਾ ਵਿਆਹ ਕੇ, ਕਈਆਂ ਨੇ ਡੀਜੇ ਫਿੱਟ ਕੀਤੇ ਬਈ। ਵੇਖੋ ਜੇਕਰ ਇਸ ਚੀਜ਼ ਦਾ ਚਲਾਨ ਕੱਟੀਏ ਤੇ ਜ਼ਿਮੀਂਦਾਰ ਤਾਂ ਅੱਗੇ ਮੇਰੇ 25,000 ਰੁਪਏ ਜੁਰਮਾਨਾ, ਨਾਲੇ ਨਾਲੇ ਟਰੱਕ ਟਰੈਕਟਰ ਬੰਦ ਕਰੋ ਕਹਿੰਦੇ ਤੇ 25,000 ਜੁਰਮਾਨਾ। ਅਸੀਂ ਕਹਿੰਦੇ ਭਾਈ ਵੇਖੋ ਤੁਸੀਂ ਚਲੋ ਵੀ ਥੋੜ੍ਹਾ ਮਾਡਲ ਕਈ ਵਾਰ ਮਨ ਖੁਸ਼ ਕਰਨ ਨੂੰ ਚਲੋ ਲਾ ਲਓ, ਪਰ ਅਲਾਊਡ ਨਹੀਂ ਸਾਰੇ ਆਪਾਂ ਆਪਣੇ ਹੈਗੇ। ਹੁਣ ਕਿਹਦਾ ਚਲਾਨ ਕੱਟੀ ਤੁਸੀਂ ਜੇ ਸਾਡੇ ਆਖੇ ਲੱਗ ਜੇ? ਵੇਖੋ ਜੇ ਮੈਂ ਥਾਣੇਦਾਰ ਹਾਂ ਤਾਂ ਮੇਰੀ ਥਾਣੇਦਾਰੀ ਇਕੱਲੇ ਦੀ ਕੋਈ ਥਾਣੇਦਾਰੀ ਨਹੀਂ। ਕਿਵੇਂ? ਉਹ ਕਹਿੰਦਾ ਯਾਰ ਤੂੰ ਕਾਹਦਾ ਥਾਣੇਦਾਰ, ਤੇਰੇ ਕੋਈ ਆਖੇ ਤਾਂ ਲੱਗਦਾ ਨਹੀਂ, ਆਖੇ ਲੱਗਦਾ ਮੇਰੀ ਥਾਣੇਦਾਰੀ ਤੁਹਾਡੇ ਸਿਰ ਤੇ, ਤੁਸੀਂ ਮੇਰੇ ਆਖੇ ਲੱਗਦੇ। ਭਰਾਵਾਂ ਦੇ ਸਿਰ ਤੇ ਥਾਣੇਦਾਰੀ ਹੁੰਦੀ ਹੈ ਵੀ ਆਹ ਬੰਦਾ ਵਧੀਆ, ਇਹਦੇ ਭਰਾ ਯਾਰ ਇਹਦੇ ਆਖੇ ਲੱਗਦੇ। ਇਹ ਵੇਖੋ ਸਾਡੇ ਮਨ ਚ ਥਾਣੇਦਾਰ ਨਹੀਂ, ਥਾਣੇਦਾਰੀ ਤੁਹਾਡੇ ਸਿਰ, ਤੁਸੀਂ ਮੇਰੇ ਆਖੇ ਲੱਗੋ ਕਹਿਣਗੇ ਯਾਰ ਵਾਕਈ ਥਾਣੇਦਾਰ ਇਹ ਬੰਦੇ ਦੇ ਆਖੇ ਲੱਗ। ਸੋ ਇਸ ਕਰਕੇ ਮੇਰਾ ਫਰਜ਼, ਤਨਖਾਹ ਤੁਸੀਂ ਮੈਨੂੰ ਦਿੰਦੇ ਹੋ, ਮੇਰਾ ਫਰਜ਼ ਤੁਹਾਨੂੰ ਕੁਛ ਨਾ ਕੁਛ ਦੱਸ, ਛੋਟੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦਿਓ, ਠੀਕ ਹੈ। ਇੱਕ ਹੋਰ ਗੱਲ ਕਰਤੀ ਵੀ ਇੱਥੇ ਜਿੰਨੇ ਵੀ ਵਹੀਕਲ ਖੜੇ ਤੁਸੀਂ ਨਿਗਾਹ ਮਾਰ ਕੇ ਵੇਖ ਲਓ ਵੀ ਸਾਰੇ ਜਿਵੇਂ ਮੋਟਰਸਾਈਕਲ ਨੂੰ ਸ਼ੀਸ਼ੇ ਤਾਰਤੇ ਆ, ਮੈਂ ਤਾਂ ਕਹਿੰਦਾ ਜਿਹਨਾਂ ਨੇ ਸ਼ੀਸ਼ੇ ਤਾਰਤੇ ਇੱਕ ਕੰਜਰਾਂ ਦਾ ਕੰਮ ਹੈ। ਮੈਂ ਮੋਟਰਸਾਈਕਲ 'ਤੇ ਆਇਆ, ਮੈਂ ਪਹੁੰਚ ਗਿਆ ਉਹ ਕਿਲੋਮੀਟਰ ਅੱਗੇ, ਮੈਨੂੰ ਪਿੱਛੋਂ ਪਤਾ ਲੱਗ ਰਿਹਾ ਕੌਣ ਆ ਰਿਹਾ, ਕਿਉਂਕਿ ਸ਼ੀਸ਼ਾ ਸਾਡੀ ਇੱਕ ਅੱਖ ਹੈ, ਅੱਖ ਫੋਰ ਵੀਲਰ ਦੀ ਚੁਪਈਆ ਵਾਹਨ ਜਿਵੇਂ ਟਰੱਕ ਹੋ ਗਿਆ, ਟਰੈਕਟਰ ਟਰਾਲੀ ਜੋ ਕੁਛ, ਇਹਨਾਂ ਦੇ ਵਾਸਤੇ ਇੱਕ ਸ਼ੀਸ਼ਾ ਕਨੈਕਟਰ ਦਾ ਕੰਮ ਕਰਦਾ, ਠੀਕ ਹੈ ਕਿ ਨਹੀਂ? ਤੇ ਫਿਰ ਜਦੋਂ ਸ਼ਹਿਰ ਦਾ ਏਰੀਆ ਆ ਜਾਂਦਾ ਤਾਂ ਥੋੜਾ ਜਿਹਾ ਆਰਾਮ ਨਾਲ ਚਲਾਇਆ, ਵੇਖੋ ਨਾ ਤਾਂ ਤੁਹਾਡੀ ਆਰ ਸੀ ਨੇ ਐਕਸੀਡੈਂਟ ਕਰਨਾ, ਨਾ ਤੁਹਾਡੇ ਡਰਾਈਵਿੰਗ ਲਾਇਸੈਂਸ ਨੇ, ਨਾ ਬੀਮੇ ਨੇ, ਪਰ ਨਾ ਡਰਾਈਵਿੰਗ ਜਿਹੜਾ ਐਕਸੀਡੈਂਟ ਕਰਨਾ ਤਾਂ ਤੁਹਾਡੇ ਤੇਜ਼ ਸਪੀਡ ਨੇ ਕਰਨਾ, ਓਵਰਟੇਕ, ਠੀਕ ਹੈ। ਹੁਣ ਮੈਨੂੰ ਪਤਾ ਵੀ ਮੈਂ ਨਹੀਂ ਲੰਘ ਸਕਦਾ, ਐਵੇਂ ਲਾਈਟਾਂ ਦੇਈਏ ਨੰਗਲ ਆਰਾਮ ਰੁਕੋ, ਆਰਾਮ ਰੁਕੋ, ਕੋਈ ਗੱਲ ਨੀ, ਇੱਕ ਅੱਧੇ ਮਿੰਟ ਪਿੱਛੇ ਆਪਣੀ ਜ਼ਿੰਦਗੀ ਤੋਂ ਹੱਥ ਨਾ ਤੁਰਨਾ, ਜੀਓ ਤੇ ਜੀਣ ਦੇ, ਕਿਉਂਕਿ ਸੜਕ ਜਿਹੜੀ ਆ। ਉਮੀਦ ਕਰਦੇ ਹਾਂ ਕਿ ASI ਸਾਹਿਬ ਨੇ ਜੋ ਗੱਲਾਂ ਕਹੀਆਂ ਤੁਸੀਂ ਜ਼ਰੂਰ ਪੱਲੇ ਬੰਨ ਲਈਆਂ ਹੋਣੀਆਂ ਨੇ। ਅਸੀਂ ਵੈਸੇ ਵੀ ਹਮੇਸ਼ਾ ਸੰਗਤਾਂ ਨੂੰ ਇਹ ਅਪੀਲ ਕਰਦੇ ਹੀ ਰਹਿੰਦੇ ਹਾਂ ਕਿ ਅਗਰ ਅਸੀਂ ਗੱਡੀ ਕੋਈ ਵੀ ਡਰਾਈਵ ਕਰ ਰਹੇ ਹੋਈਏ, ਚਾਹੇ 2-ਵੀਲਰ ਹੋਵੇ ਜਾਂ 4-ਵੀਲਰ, ਸਾਨੂੰ ਟ੍ਰੈਫਿਕ ਅਸੂਲਾਂ ਦੇ ਉੱਤੇ ਚੱਲਣਾ ਚਾਹੀਦਾ ਹੈ। ਆਪਣੇ ਨਾਲ ਨਾਲ ਸੜਕ ਉੱਤੇ ਚੱਲਣ ਵਾਲੇ ਹੋਰ ਲੋਕਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਘਟਨਾ ਸਾਡੀ ਗਲਤੀ ਕਰਕੇ ਹੋਵੇ, ਕਿਸੇ ਹੋਰ ਦੀ ਗਲਤੀ ਕਰਕੇ ਵੀ ਘਟਨਾ ਵਾਪਰ ਸਕਦੀ ਹੈ। ਅਤੇ ਜੇਕਰ ਅਸੀਂ ਰੋਕਣਾ ਚਾਹੀਏ ਤਾਂ ਦੂਜਿਆਂ ਦੀਆਂ ਗਲਤੀਆਂ ਵੀ ਸੁਧਾਰ ਸਕਦੇ ਹਾਂ, ਹੋਣ ਵਾਲੀਆਂ ਘਟਨਾਵਾਂ ਰੋਕ ਸਕਦੇ ਹਾਂ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।